ਸੈਂਟਰ ਫੋਰ ਸਾਇੰਸ ਐਂਡ এনवायरमेंट ਦੇ ਵੱਲੋਂ ਗ੍ਰੀਨ ਸਕੂਲ ਪ੍ਰੋਗਰਾਮ ਇੱਕ ਸਰਵੇ ਕੀਤਾ ਗਿਆ ਜ ਜਿਹਦੇ ਵਿੱਚੋਂ ਪੂਰੇ ਭਾਰਤ ਦੇ ਸਕੂਲਾਂ ਦੇ ਵਿੱਚੋਂ ਸੰਗਰੂਰ ਜ਼ਿਲ੍ਹੇ ਦੇ ਜਿਹੜੇ ਸਕੂਲ ਨੇ ਪਹਿਲੇ ਸਥਾਨ ਦੇ ਉੱਪਰ ਆਏ ਨੇ ਚਾਹੇ ਗੱਲ ਸਕੂਲਾਂ ਦੀ ਸਫਾਈ ਨੂੰ ਹੋਵੇ ਚਾਹੇ ਗੱਲ ਗ੍ਰੀਨਰੀ ਦੀ ਹੋਵੇ ਚਾਹੇ ਪਾਵਰ ਦੀ ਹੋਵੇ ਚਾਹੇ ਸੋਲਰ ਸਿਸਟਮ ਦੀ ਹੋਵੇ ਤਾਂ ਹਰ ਇੱਕ ਮਾਪਦੰਡਾਂ ਦੇ ਵਿੱਚ ਜਿਹੜੇ ਸੰਗਰੂਰ ਦੇ ਸਕੂਲ ਨੇ ਉਹ ਪੂਰੇ ਭਾਰਤ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰ ਚੁੱਕੇ ਨੇ ਇਸ ਵਕਤ ਅਸੀਂ ਤੁਹਾਨੂੰ ਸੰਗਰੂਰ ਜ਼ਿਲ੍ਹੇ ਦੇ ਨਜ਼ਦੀਕੀ ਪਿੰਡ ਮੰਗਵਾਲ ਦੇ ਸਕੂਲ ਦੇ ਵਿੱਚ ਲੈ ਕੇ ਆਏ ਹਾਂ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਤੇ ਨਾਲ-ਨਾਲ ਤੁਹਾਨੂੰ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ-ਕਿਹੜੇ ਮਾਪਦੰਡ ਨੇ ਜਿਨ੍ਹਾਂ ਦੇ ਵਿੱਚੋਂ ਹਰ ਇੱਕ ਜਿਹੜਾ ਹੈਗਾ ਪਹਿਲੇ ਉੱਪਰ ਸੰਗਰੂਰ ਦੇ ਜਿਹੜੇ ਸਕੂ ਪਹਿਲਾਂ ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਨਜ਼ਰ ਆਊਗਾ ਕਿ ਚਾਰੇ ਪਾਸੇ ਤੁਹਾਨੂੰ ਗ੍ਰੀਨਰੀ ਹੀ ਜਿਹੜੀ ਗ੍ਰੀਨਰੀ ਆ ਨਜ਼ਰ ਆਉਂਦੀ ਹੋਊਗੀ ਚਾਰੇ ਪਾਸੇ ਤੁਹਾਨੂੰ ਜਿਹੜੇ ਪੇੜ ਪੌਦੇ ਨੇ ਨਜ਼ਰ ਆਉਂਦੇ ਹੋਣਗੇ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਕਿਦਣਾ ਕਿਤੇ ਸਰਵੇ ਕੀਤੇ ਗਏ ਨੇ ਜਿਸ ਦੇ ਵਿੱਚ ਸੰਗਰੂਰ ਜਿਹੜਾ ਜ਼ਿਲ੍ਹਾ ਹੈਗਾ ਇਹ ਜ਼ਿਲ੍ਹੇ ਦੇ ਜਿਹੜੇ ਸਕੂਲ ਹੈਗੇ ਨੇ ਉਹ ਪਹਿਲੇ ਨੰਬਰ ਦੇ ਵਿੱਚ ਆਏ ਨੇ ਅਸੀਂ ਹੈਡ ਟੀਚਰ ਨਾਲ ਵੀ ਪਹਿਲਾਂ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਹਰ ਇੱਕ ਚੀਜ਼ ਜਿਹੜੀ ਮਾਪਦੰਡ ਹੈਗੀ ਆ ਉਹ ਕਿਸ ਤਰੀਕੇ ਨਾਲ ਸੰਗਰੂਰ ਜ਼ਿਲ੍ਹਾ ਪਹਿਲੇ ਨੰਬਰ ਦੇ ਉੱਪਰ ਆਇਆ ਤਾਂ ਹਰ ਇੱਕ ਚੀਜ਼ ਜਾਣਨ ਦੀ ਕੋਸ਼ ਕਿਸ ਤਰੀਕੇ ਨਾਲ ਦੇਖਦੇ ਹਾਂ ਜਿਹੜਾ ਸੰਗਰੂਰ ਜ਼ਿਲ੍ਹਾ ਪਹਿਲੇ ਨੰਬਰ ਦੇ ਪਹੁੰਚ ਚੁੱਕਿਆ ਪੂਰੇ ਭਾਰਤ ਦੇ ਵਿੱਚੋਂ ਤਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਇਸ ਤਰੀਕੇ ਦੇ ਵਿੱਚ ਜਿਹੜਾ ਹੈਗਾ ਸੰਗਰੂਰ ਪਹਿਲੇ ਨੰਬਰ ਦੇ ਪਹੁੰਚਾਇਆ ਸਰ ਇਹਦੇ ਵਿੱਚ ਜਿੱਥੇ ਸਮੁੱਚੇ ਸਕੂਲਾਂ ਦਾ ਮਾਹੌਲ ਜਿਹੜਾ ਇਕੋ ਫਰੈਂਡਲੀ ਹੈ ਉਹਦੇ ਨਾਲ-ਨਾਲ ਇੱਥੇ ਕੂੜੇ ਦੀ ਜਿਹੜਾ ਨਿਪਟਾਰੇ ਦੇ ਯੋਗ ਪ੍ਰਬੰਧ ਦੇਖੇ ਜਾ ਰਹੇ ਨੇ ਤੇ એનર્ਜੀ ਦੀ ਸੇਵਿੰਗ ਵੀ ਦੇਖੀ ਜਾ ਰਹੀ ਹੈ ਸਕੂਲਾਂ ਦੇ ਵਿੱਚ ਪ੍ਰੋਪਰ ਵੈਂਟੀਲੇਸ਼ਨ ਹਵਾਦਾਰ ਕਮਰੇ ਉਹਨਾਂ ਦਾ ਪ੍ਰੋਪਰ ਮਾਹੌਲ ਜਿਹੜਾ ਵਾਤਾਵਰਨ ਬੱਚਿਆਂ ਦੀ ਸਿਹਤ ਦੇ ਪੱਖ ਦਾ ਹੋਵੇ ਤੇ ਇਹਦੇ ਨਾਲ ਨਾਲ ਸਕੂਲਾਂ ਦੇ ਵਿੱਚ ਗ੍ਰੀਨਰੀ ਵੀ ਕੀ ਕਿੰਨਾ ਕੁ ਧਿਆਨ ਦਿੱਤਾ ਜਾਂਦਾ ਹੈ ਇਹ ਕਈ ਸਾਰੇ ਇਸ ਤਰ੍ਹਾਂ ਦੇ ਕੰਪੋਨੈਂਟ ਨੇ ਜਿਨ੍ਹਾਂ ਨੂੰ ਮਿਲਾ ਕੇ ਸੈਂਟਰ ਗਵਰਨਮੈਂਟ ਨੇ ਇੱਕ ਆਡਿਟ ਕੀਤਾ ਸੀ ਉਸ ਆਡਿਟ ਦੇ ਵਿੱਚੋਂ ਹੀ ਸੰਗਰੂਰ ਜ਼ਿਲ੍ਹਾ ਪੂਰੇ ਭਾਰਤ ਦੇ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਚੁਣਿਆ ਗਿਆ ਜੀ ਇਹ ਇਹ ਮਾਣ ਸੰਗਰੂਰ ਡਿਸਟ੍ਰਿਕਟ ਨੂੰ ਇਸ ਜ਼ਿਲ੍ਹੇ ਦੀ ਸਮੁੱਚੀ ਜਿਹੜੀ ਸਾਡੀ ਜੋਗ ਅਫਸਰ ਸ਼ਾਹੀ ਹੈ ਜਿਦੇ ਵਿੱਚ ਸਾਡੇ ਡੀਓ ਸਾਹਿਬ ਅਤੇ ਡਿਪਟੀ ਡੀਓ ਸਾਹਿਬ ਦੀ ਮਿਹਨਤ ਦੇ ਸਦਕਾ ਹੀ ਅਤੇ ਪੰਜਾਬ ਸਰਕਾਰ ਦੁਆਰਾ ਸਮੇਂ-ਸਮੇਂ ਦੇ ਉੱਤੇ ਦਿੱਤੀ ਗਈ ਯੋਗ ਅਗਵਾਈ ਤਹਿਤ ਇਹ ਸੰਭਵ ਹੋਇਆ ਜੀ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਵੀ ਇਸ ਇਹਨਾਂ ਮਸਲਿਆਂ ਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਹੁਤ ਸਹਿਰਦਤਾ ਦਿਖਾਉਂਦੇ ਨੇ ਤੇ ਹਰ ਪਾਲ ਉਹ ਸਕੂਲਾਂ ਦੀ ਕਾਇਆਕਲਪ ਕਰਨ ਲਈ ਆਪਣੇ ਦਿਲ ਦੇ ਵਿੱਚ ਕਜਨੂਨ ਲੈ ਕੇ ਚੱਲਦੇ ਨੇ ਜਿਸ ਸਦਕਾ ਅੱਜ ਸੰਗਰੂਰ ਜ਼ਿਲ੍ਹਾ ਪੂਰੇ ਭਾਰਤ ਦੇ ਵਿੱਚ ਬੁਲੰਦੀਆਂ ਨੂੰ ਸ਼ੋਰ ਹੈ ਸਰਕਾਰ ਜੀ ਗੱਲ ਕਰੀਏ ਸਰਕਾਰੀ ਸਕੂਲ ਜਿਹੜੇ ਹੈਗੇ ਸੀ ਇੱਕ ਤਰ੍ਹਾਂ ਕਿਤੇ ਪਹਿਲਾਂ ਕਲੰਕ ਜਾਂ ਲੱਗੇ ਹੋਏ ਸੀ ਕਿ ਸਰਕਾਰੀ ਸਕੂਲ ਨੇ ਅਸੀਂ ਆਪਣੇ ਬੱਚਾ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਲੈ ਕੇ ਜਾਵਾਂਗੇ ਪਰ ਤੁਹਾਡਾ ਸਕੂਲ ਜਿਵੇਂ ਅਸੀਂ ਦੇਖ ਰਹੇ ਹਾਂ ਚਾਰੇ ਪਾਸੇ ਪੇੜ ਪੌਦੇ ਲੱਗੇ ਹੋਏ ਨੇ ਸਫਾਈ ਦੇ ਪੂਰੇ ਸਾਫ ਪ੍ਰਬੰਧ ਨੇ ਚਾਹੇ ਆਪਾਂ ਗੱਲ ਕਰੀਏ ਸਕੂਲ ਦੇ ਕਮਰਿਆਂ ਦੀ ਜਾਂ ਸਕੂਲ ਦੀ ਬਿਲਡਿੰਗ ਦੀ ਤਾਂ ਪੂਰੇ ਹਵਾਦਾਰ ਜਿਹੜੀ ਹੈਗੀ ਹੈ ਬਿਲਡਿੰਗ ਬਣੀ ਹੋਈ ਆ ਉਹ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਦੇ ਦੇ ਉਹ ਚੇਂਜਸ ਦੇ ਵਿੱਚ ਮਿਹਨਤ ਕਿੰਨੀ ਲੱਗੀ ਆ ਤੁਹਾਡੀ ਹਾਂਜੀ ਮਿਹਨਤ ਤਾਂ ਇਹ ਆ ਜੀ ਪੂਰੇ ਟੀਮ ਵਰਕ ਸਦਕਾ ਹੀ ਇਹ ਸੰਭਵ ਹੋਇਆ ਇਹ ਇਕੱਲਾ ਮੇਰਾ ਸਕੂਲ ਸਾਰੇ ਸਕੂਲ ਨੂੰ ਵਿਜ਼ਿਟ ਕਰੋ ਤੁਸੀਂ ਅੱਜ ਤਾਂ ਸਾਰੇ ਸਕੂਲ ਹੀ ਬੜੇ ਵਧੀਆ ਸ਼ਾਨਦਾਰ ਬਿਲਡਿੰਗਾਂ ਅਤੇ ਸ਼ਾਨਦਾਰ ਉਥੇ ਦਾ ਆਲੇ ਦੁਆਲੇ ਬਣਿਆ ਹੋਇਆ ਜਿਸ ਸਦਕਾ ਅੱਜ ਜੇਕਰ ਤੁਸੀਂ ਦੇਖੋ ਆਲੇ ਦੁਆਲੇ ਮੈਕਸਿਮਮ ਜਿਹੜੇ ਕਨਵੈਂਟ ਸਕੂਲ ਨੇ ਉਹਨਾਂ ਨਾਲੋਂ ਜ਼ਿਆਦਾ ਖੁੱਲੇ ਸਾਡੇ ਕੋਲੇ ਗਰਾਊਂਡ ਨੇ ਜ਼ਿਆਦਾ ਖੁੱਲੇ ਸਾਡੇ ਕੋਲੇ ਕਮਰੇ ਨੇ ਵੱਧ ਐਜੂਕੇਟਿਡ ਸਾਡੇ ਕੋਲੇ ਟੀਚਰ ਨੇ ਜਿਸ ਸਦਕਾ ਟੀਚਰ ਵੀ ਇੱਥੇ ਕੱਲਾ ਇਹ ਨਹੀਂ ਹੈ ਕਿ ਕਲਾ ਪੜਾਉਣ ਤੱਕ ਨਹੀਂ ਸੀਮਤ ਉਹਦੇ ਨਾਲ ਨਾਲ ਸਕੂਲਾਂ ਦੀ ਆਮ ਸੰਭਾਲ ਸਕੂਲਾਂ ਨੂੰ ਹਰ ਪੱਖੋਂ ਬੁਲੰਦੀਆਂ ਤੇ ਲਿਜਾਣ ਦੇ ਲਈ ਸਮੂੱਚੀ ਜਿਹੜੀਆਂ ਸਾਡੀਆਂ ਸਕੂਲ ਪੱਧਰ ਦੇ ਉੱਤੇ ਟੀਮਾਂ ਨੇ ਬਹੁਤ ਅੱਛੀ ਮਿਹਨਤ ਕਰ ਰਹੇ ਨੇ ਜਿਸ ਸਦਕਾ ਸਾਨੂੰ ਵੀ ਇੱਕ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਮਿੱਡੇ ਮੀਲ ਦੀ ਆਪਾਂ ਗੱਲ ਕਰੀ ਤਾਂ ਉਹਦੀ ਵੀ ਜਿਹੜਾ ਹੈਗਾ ਸਰਵੇ ਦੇ ਵਿੱਚ ਲੈ ਕੇ ਆਂਦਾ ਗਿਆ ਉਸ ਚੀਜ਼ ਦੇ ਵਿੱਚ ਕੀ ਤੁਸੀਂ ਚੇਂਜਸ ਕੀਤੀਆਂ ਨੇ ਹਸਾਬ ਸਵੈ ਦੇ ਪ੍ਰਬੰਧ ਜਾਂ ਜਿਹੜਾ ਮਿੱਡੇ ਮੀਲ ਦੀ ਵੇਸਟ ਹੁੰਦੀ ਹੈ ਉਹਦੇ ਪ੍ਰਬੰਧ ਕਿਸ ਤਰੀਕੇ ਨਾਲ ਕੀਤੇ ਹਨ ਹਾਂਜੀ ਮਿੱਡੇ ਮੀਲ ਬਣਾਉਣ ਵੇਲੇ ਪ੍ਰੋਪਰ ਜਿਹੜਾ ਉਹਦੇ ਲਈ ਇੰਦਨ ਵਰਤਿਆ ਜਾਂਦਾ ਉਹ ਪੋਲਿਊਸ਼ਨ ਫ੍ਰੀ ਅਸੀਂ ਇੰਦਨ ਦੀ ਵਰਤੋਂ ਕਰਦੇ ਆਂ ਤੇ ਉਸ ਦੇ ਨਾਲ ਹੀ ਜਿਹੜਾ ਉਸ ਤੋਂ ਬਾਅਦ ਥੋੜਾ ਬਹੁਤਾ ਭੋਜਨ ਦੀ ਕੋਈ ਬਚਤ ਰਹਿ ਜਾਂਦੀ ਹੈ ਬੱਚਿਆਂ ਤੋਂ ਬਚਤ ਰਹਿ ਜਾਂਦੀ ਹੈ ਉਸ ਦੇ ਵੀ ਯੋਗ ਨਿਪਟਾਰੇ ਦੇ ਲਈ ਬਹੁਤ ਵਧੀਆ ਢੰਗ ਦੇ ਨਾਲ ਜੋ ਵੀ ਸਾਨੂੰ ਵਿਭਾਗ ਦੇ ਦਿਸ਼ਾ ਨਿਰਦੇਸ਼ ਨੇ ਉਸ ਮੁਤਾਬਕ ਉਸ ਦਾ ਨਿਪਟਾਰਾ ਕੀਤਾ ਜਾਂਦਾ ਹੈ ਤੇ ਵੱਖ-ਵੱਖ ਸਮੇਂ ਦੇ ਉਤੇ ਸੈਂਟਰ ਗਵਰਨਮੈਂਟ ਦੀਆਂ ਟੀਮਾਂ ਵੀ ਆਉਂਦੀਆਂ ਰਹਿੰਦੀਆਂ ਨੇ ਉਹਨਾਂ ਵੱਲੋਂ ਵੀ ਸਾਡੇ ਜਿਹੜੇ ਵੀ ਸਕੂਲ ਦੇ ਵਿੱਚ ਆਉਂਦੇ ਨੇ ਉਹਨਾਂ ਵੱਲੋਂ ਵੀ ਬੜਾ ਅੱਛਾ ਸਾਨੂੰ ਹਲਾਸ਼ੇਰੀ ਤੇ ਸ਼ਾਬਾਸ਼ੀ ਮਿਲ ਰਹੀ ਹੈ ਕਿ ਪੰਜਾਬ ਦੇ ਹਰ ਇੱਕ ਸਕੂਲ ਦੇ ਵਿੱਚ ਖਾਸ ਤੌਰ ਤੇ ਸੰਗਰੂਰ ਜ਼ਿਲ੍ਹੇ ਦੇ ਹਰ ਇੱਕ ਸਕੂਲ ਦੇ ਵਿੱਚ ਬਹੁਤ ਵਧੀਆ ਢੰਗ ਦੇ ਨਾਲ ਮਿੱਡੇ ਮੀਲ ਚੱਲ ਰਿਹਾ ਹੈ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੀ ਇਸ ਸੰਬੰਧੀ ਵੱਖ-ਵੱਖ ਸਮੇਂ ਦੇ ਉਤੇ ਮੀਟਿੰਗਾਂ ਲੈਂਦੇ ਨੇ ਜਿਦੇ ਵਿੱਚ ਅੱਜ ਤੁਸੀਂ ਕਿਸੇ ਵੀ ਸਕੂਲ ਜਾ ਕੇ ਦੇਖ ਸਕਦੇ ਹਰ ਸਕੂਲ ਦੇ ਵਿੱਚ ਕਿਚਨ ਗਾਰਡਨ ਬਣਿਆ ਹੈ ਸਾਡੇ ਇੱਥੇ ਵੀ ਸਕੂਲ ਦੇ ਵਿੱਚ ਪਿਛਲੇ ਪਾਸੇ ਜਿਹੜੀਆਂ ਸਰਦੀਆਂ ਦੀਆਂ ਸਬਜ਼ੀਆਂ ਨੇ ਉਹਨਾਂ ਦੇ ਲਈ ਸਕੂਲ ਦੇ ਵਿੱਚ ਹੀ ਕਿਚਨ ਗਾਰਡਨ ਬਣਿਆ ਹੈ ਜਿੱਥੋਂ ਬੱਚਿਆਂ ਨੂੰ ਵਧੀਆ ਪੌਸਟਿਕ ਸਬਜ਼ੀਆਂ ਉੱਥੋਂ ਹੀ ਤੋੜ ਕੇ ਉੱਥੇ ਹੀ ਪੈਦਾ ਕਰਕੇ ਇੱਥੇ ਅਸੀਂ ਖਾਣੇ ਦੇ ਵਿੱਚ ਪਾ ਕੇ ਉਹਨਾਂ ਨੂੰ ਬੱਚਿਆਂ ਨੂੰ ਖਵਾਉਂਦੇ ਹਾਂ ਤੋ ਬਿਲਕੁਲ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜਿਵੇਂ ਮੰਨ ਕੇ ਚੱਲੋ ਜੇ ਇਹ ਗੱਲ ਆਪਾਂ ਕਾਫੀ ਕਿਚਨ ਗਾਰਡਨ ਦੇ ਵਿੱਚ ਕਈ ਇਹ ਜਿਹੇ ਆਯੁਰਵੈਦਿਕ ਜੜੀ ਬੂਟੀਆਂ ਤੁਸੀਂ ਸਾਰੀਆਂ ਆ ਵੀ ਜਿਹੇ ਨੇ ਇੱਥੇ ਉਹ ਹਾਂਜੀ ਹਾਂਜੀ ਜਿਵੇਂ ਜਿਹੜੀਆਂ ਵੀ ਮੌਸਮੀ ਸਬਜ਼ੀਆਂ ਨੇ ਉਹ ਵੀ ਅਸੀਂ ਆਪ ਬੀਜੀਆਂ ਨੇ ਕਈ ਇਸ ਤਰ੍ਹਾਂ ਦੇ ਰੁੱਖ ਵੀ ਨੇ ਜਿਵੇਂ ਸਾਡੇ ਇੱਕ ਆਰਗੇਨਾਈਜੇਸ਼ਨ ਵੱਲੋਂ ਪਿਛਲੇ ਸਮੇਂ ਦੇ ਵਿੱਚ ਅਸੀਂ ਕਈ ਤਰ੍ਹਾਂ ਦੇ ਜਿਹੜੇ ਪਲਾਂਟਸ ਲਾਏ ਨੇ ਉਹ ਵੀ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਲਾਏ ਨੇ ਕਿ ਭਵਿੱਖ ਦੇ ਵਿੱਚ ਜਿਹੜੇ ਆਂਦੇ ਵਿਗਿਆਨਿਕ ਤੌਰ ਦੇ ਉੱਤੇ ਲਾਭ ਨੇ ਜਾਂ ਜਿਨ੍ਹਾਂ ਨੂੰ ਸਿਹਤ ਪੱਖ ਅچھے ਪਲਾਂਟ ਨੇ ਬੱਚਿਆਂ ਨੂੰ ਉਹਦੇ ਬਾਰੇ ਦੱਸ ਕੇ ਉਹਨਾਂ ਦੀ ਸਾਂਭ ਸੰਭਾਲ ਬਾਰੇ ਦੱਸ ਕੇ ਸਾਰੀ ਪਲਾਂਟੇਸ਼ਨ ਵੀ ਅਸੀਂ ਉਸ ਨਜ਼ਰੀਏ ਤੋਂ ਕਰਵਾ ਰਹੇ ਹਾਂ ਜੀ ਡਕਟਰ ਜੀ ਮਿਹਨਤ ਦੀ ਗੱਲ ਕਰੀਏ ਜਿਵੇਂ ਤੁਸੀਂ ਹੁਣ ਗੱਲ ਕੀਤੀ ਸੀ ਕਿ ਜਦੋਂ ਮੈਂ ਸਕੂਲ ਦੇ ਵਿੱਚ ਆਇਆ ਸੀ ਤਾਂ ਉਸ ਤੋਂ ਬਾਅਦ ਹੁਣ ਤੱਕ ਤਾਂ ਉਹਨੂੰ ਚੇਂਜਸ ਕਰਨ ਦੇ ਵਿੱਚ ਤੁਹਾਡੀ ਮਿਹਨਤ ਬਹੁਤ ਲੱਗੀ ਆ ਕਿਹੜੇ ਸਾਲ 'ਚ ਤੁਹਾਡੀ ਜੁਆਇਨਿੰਗ ਹੋਈ ਸੀ ਇੱਥੇ ਸਰ ਮੇਰੀ ਇੱਥੇ ਇਸ ਸਕੂਲ ਦੇ ਵਿੱਚ ਜੁਆਇਨਿੰਗ ਹੈ ਜਿਹੜੀ 1 ਜੂਨ 2020 ਨੂੰ ਹੋਈ ਸੀ ਉਸ ਸਮੇ ਸਕੂਲ ਦੇ ਵਿੱਚ ਕਾਫੀ ਇਥੇ ਮਤਲਬ ਵਿਦਿਅਕ ਪੱਖੋਂ ਵੀ 인ਫਰਾਸਟ੍ਰਕਚਰ ਪੱਖੋਂ ਵੀ ਕੰਮ ਕਰਨ ਦੀ ਲੋੜ ਸੀ ਤੇ ਉਸ ਸਮੇ ਅਸੀਂ ਆਪਣੇ ਉੱਚ ਅਧਿਕਾਰੀ ਸਾਹਿਬਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਕੂਲ ਦਾ ਇੱਕ ਮਾਸਟਰ ਪਲਾਨ ਤਿਆਰ ਕੀਤਾ ਜਿਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਸਾਡੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਮੇ ਸਮੇ ਦੇ ਉੱਤੇ ਸਾਨੂੰ ਮਾਨ ਸਨਮਾਨ ਵੀ ਮਿਲਦਾ ਰਿਹਾ ਤੇ ਹਲਾਸ਼ੇਰੀ ਵੀ ਮਿਲਦੀ ਰਹੀ ਜਿਸ ਸਦਕਾ ਅਸੀਂ ਅੱਜ ਇਸ ਸਕੂਲ ਦੇ ਵਿੜੇ ਵਿੱਚ ਖੜੇ ਹੋਏ ਇਹ ਮਾਣ ਮਹਿਸੂਸ ਕਰਦੇ ਹਾਂ ਕਿ ਮੇਰੇ ਆਲੇ ਦੁਆਲੇ ਲਗਭਗ ਮੇਰੇ ਆਲੇ ਦੁਆਲੇ 1-1 ਕਿਲੋਮੀਟਰ ਦੇ ਉੱਤੇ ਸਕੂਲ ਨੇ 1 ਕਿਲੋਮੀਟਰ ਤੋਂ ਵੀ ਘੱਟ ਡਿਸਟੈਂਸ ਤੇ ਸਕੂਲ ਹੋਣਗੇ ਪਰੰਤੂ ਮੈਂ ਮਾਣ ਨਾਲ ਕਹਿ ਸਕਦਾ ਮੇਰੇ ਸਕੂਲ ਦੇ ਵਿੱਚ ਜਿੰਨੇ ਆਲੇ ਦੁਆਲੇ ਕਾਨਵੈਂਟ ਜਾਂ ਪ੍ਰਾਈਵੇਟ ਸਕੂਲ ਨੇ ਇਸ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਕਿਸੇ ਵੀ ਖੇਤਰ ਦੇ ਵਿੱਚ ਅਸੀਂ ਮੁਕਾਬਲਾ ਕਰਨ ਲਈ ਤਿਆਰ ਹਾਂ ਬਿਲਕੁਲ ਜਿਹੜਾ ਸੰਗਰੂਰ ਜ਼ਿਲ੍ਹਾ ਹੈ ਇਹ ਸੰਗਰੂਰ ਜ਼ਿਲ੍ਹੇ ਦੇ ਸਰਕਾਰੀ ਸਕੂਲ ਨੇ ਤੇ ਸਰਕਾਰੀ ਸਕੂਲ ਨੇ ਹੈਡ ਅਟੀਚਰ ਨੇ ਜਿਹੜੇ ਚੈਲੰਜ ਵੀ ਕਰ ਰਹੇ ਨੇ ਕਿ ਅਸੀਂ ਸਾਡੇ ਸਾਡੇ ਸਕੂਲ ਨੇ ਉਹ ਕਿਸੇ ਵੀ ਪੱਧਰ ਦੇ ਉੱਪਰ ਕਿਸੇ ਵੀ ਪੱਧਰ ਦੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਮੁਕਾਬਲੇ ਤੋਂ ਜ਼ਿਆਦਾ ਵਧੀਆ ਨੇ ਬਾਕੀ ਜੋ ਤਸਵੀਰਾਂ ਨੇ ਤਸਵੀਰਾਂ ਵੀ ਤੁਹਾਨੂੰ ਇਹੀ ਚੀਜ਼ ਬਿਆਨ ਕਰਦੀਆਂ ਨੇ ਕਿਉਂਕਿ ਅਗਰ ਆਪ ਕਿਤਾਬੀ ਗਿਆਨ ਦੀ ਗੱਲ ਕਰੀ ਤਾਂ ਕਿਤਾਬੀ ਗਿਆਨ ਦੇ ਨਾਲ ਨਾਲ ਹਰ ਇੱਕ ਤਰੀਕੇ ਨਾਲ ਚਾਹੇ ਗੱਲ এনवायरमेंट ਦੀ ਹੋਵੇ ਚਾਹੇ ਗੱਲ ਪਾਵਰ ਬਚਾਉਣ ਦੀ ਹੋਵੇ ਮਿੱਡੇ ਮੀਲ ਦੀ ਹੋਵੇ ਤਾਂ ਹਰ ਇੱਕ ਪੱਧਰ ਦੇ ਉੱਪਰ ਜਿਹੜੇ ਸੰਗਰੂਰ ਜ਼ਿਲ੍ਹ ਸਕੂਲ ਹੈਗੇ ਨੇ ਉਹ ਪੂਰੇ ਭਾਰਤ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰ ਚੁੱਕੇ ਨੇ ਚਰਨਜੀਤ ਕੌਸ਼ਲ ਸੰਗਰੂਰ ਤੋਂ న్యూਸ 18 ਪੰਜਾਬ